आप लड़ रहे हैं, बीबी तो लड़ रही है बठिंडे और काका जी लड़ रहे ने उसको फिरोजपुर, दोनों जगह जाऊंगा वाहेगुरु करे माला फेर के आवाने, ना मेरे को छड़ना नहीं। भगवंत मान की टोली बारे मैं आऊंगा जरूर, इन्हों का नहीं कोई खड़े खेड़े लगना कोई नहीं, मैं दब के नहीं मारता, मैं तो प्यार ना बना रहा, जिन्होंने आप आना है इधर आ जाओ थोड़ा कर रहा है, वेलकम असी वेलकम। और आज यहाँ पे विराजमान मेरे वीरों मेरे भैनों, अज तुम सारे आज इस जंग का आरंभ करने इकट्ठे हुए हो, ਸਾਡੇ ਸਾਥੀ ਤੁਹਾਡੇ ਹੀ ਇੱਥੋਂ ਵਿੱਚੋਂ ਕੇਵਲ ਢਿੱਲੋਂ ਜੀ ਦੇ ਇਸ ਜੰਗ ਦੀ ਹੁਣ ਜਿਹੜਾ ਆਰੰਭ ਅੱਜ ਸ਼ੁਰੂਆਤ ਹੈ ਇਹਨੂੰ ਹੁਣ ਆਪਾਂ ਜਦੋਂ 19 ਮਈ ਨੂੰ ਵੋਟਾਂ ਪਾਉਣੀਆਂ ਨੇ ਨਾ ਇਹੋ ਜਿਹਾ ਹਾਲ ਬਣਾ ਦਿਓ ਤਾਂ ਕਿ ਦੁਨੀਆ ਸਦਾ ਵਾਸਤੇ ਯਾਦ ਰੱਖਣ ਕਿ ਸੰਗਰੂਰ ਨੇ ਕੀ ਕਿੱਥੇ ਭੇਜਿਆ ਸੀ ਔਰ ਕਿਹੜਾ ਜੰਗ ਲੜਿਆ ਸੀ। ਇਹ ਦੋ ਕਿਸਮ ਦੀਆਂ ਗੱਲਾਂ ਆਪਾਂ ਨੂੰ ਸਾਹਮਣੇ ਆਪਣੇ ਰੱਖਣੀਆਂ ਪੈਣਗੀਆਂ, ਇੱਕ ਕਿ ਇਹ ਦੇਸ਼ ਦੀ ਇੱਕ ਨਵੀਂ ਹਕੂਮਤ ਬਣਾਉਣੀ ਆਪਾਂ ਨੂੰ, ਔਰ ਇਹ ਜਿਹੜੇ ਕੈਂਡੀਡੇਟ ਉਹਨਾਂ ਜਿੱਤਣਗੇ ਸਾਡੇ ਔਰ ਵਾਹਿਗੁਰੂ ਨੇ ਕਿਰਪਾ ਨਾਲ 13 ਦਾ 13 ਜਿੱਤਣਗੇ, ਇਹ ਜਾਣ ਕੇ ਫਿਰ ਦਿੱਲੀ ਔਰ ਉੱਥੇ ਵੀ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਸਰਕਾਰ ਬਣਾਉਣ ਦੇ ਵਿੱਚ ਆਪਣਾ ਹਿੱਸਾ ਪਾਉਣਗੇ। ਇਹ ਤਾਂ ਪਹਿਲਾ ਜੰਗ ਹੈ ਔਰ ਇਹਦੇ ਲਈ ਤੁਹਾਨੂੰ ਦੇਖਣਾ ਪਊ ਕਿ ਤੁਸੀਂ ਇਹਨਾਂ ਨੂੰ ਵੇਖ ਲਿਆ ਮੋਦੀ ਦੀ ਸਰਕਾਰ ਨੂੰ 5 ਸਾਲ ਤੋਂ ਕੀ ਪ੍ਰਾਪਤੀਆਂ ਕੀਤੀਆਂ। ਮੈਂ ਇੰਨਾ ਹੀ ਪੁੱਛੂ ਉਹਨਾਂ ਨੂੰ ਕਿ ਬੜੇ ਧੂਮਧਾਮ ਨਾਲ ਆਏ ਸੀ, ਬੜੇ ਵਾਅਦੇ ਕੀਤੇ ਸੀ ਲੋਕਾਂ ਨਾਲ, ਬੜੇ ਕਿਹਾ ਸੀ ਕਿ ਅਸੀਂ GST ਲਿਆਵਾਂਗੇ, ਅਸੀਂ ਡੀਮੋਨੀਟਾਈਜ਼ੇਸ਼ਨ ਨੋਟਬੰਦੀ ਕਰਾਂਗੇ, ਸਭ ਕੁਝ ਕਰਾਂਗੇ, ਪਤਾ ਨਹੀਂ ਕੀ ਕੁਛ ਇਹਦੀ ਆਰਥਿਕਤਾ ਦੇਸ਼ ਦੀ ਮਜ਼ਬੂਤ ਕਰਾਂਗੇ। ਹੋਇਆ ਕਿ ਅਗਰ ਉਹ ਚੱਲਦਾ ਕਿ ਸਾਲਾਂ ਦੇ ਵਾਸਤੇ ਡਬਲ ਕਰਾਂਗੇ ਜਿੰਨੀ ਦੁਗਣੀ ਆਮਦਨ ਹੈ ਉਹ ਦੁੱਗਣੀ, ਔਰ ਜਿਹੜੇ ਬਾਹਰ ਵਿਦੇਸ਼ਾਂ ਦੇ ਵਿੱਚ ਪੈਸਾ ਪਿਆ ਹੈ ਉਹ 15 ਲੱਖ ਰੁਪਇਆ ਹਰ ਬੰਦੇ ਦੀ ਅਕਾਊਂਟ ਦੇ ਵਿੱਚ ਜੇਬ ਦੇ ਵਿੱਚ ਤੁਹਾਡੀ 15 ਲੱਖ ਦਾ ਛੱਡੋ 15 ਰੁਪਇਆ ਦਿੱਤਾ ਮੋਦੀ ਨੇ ਕਿਸੇ ਨੂੰ, ਦੱਸੋ ਮੈਨੂੰ ਜਿਹੜਾ ਐਸੇ ਹੀ ਝੂਠ ਬੋਲੀ ਜਾਣਾ, ਜਦੋਂ ਜੀ ਕਰਦਾ ਤੁਸੀਂ ਝੂਠ ਬੋਲੋ ਜੋ ਮਰਜ਼ੀ ਕਰ ਲਓ ਔਰ ਦੁਨੀਆ ਇਹ ਗੱਲ ਸੁਣਦੀ ਰਹਿੰਦੀ ਹੈ। ਇਹ ਗੱਲਾਂ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਕਿ ਝੂਠ ਨਾਲ ਤੁਸੀਂ ਆਪਣਾ ਮੁਲਕ ਚਲਾਓ। ਮੈਂ ਬੈਠਿਆ ਹੁਣੇ ਮੈਂ ਦੇਖਾਂਗਾ ਕੌਣ ਇਹ ਕਰਦੇ ਨੇ ਕੱਲ੍ਹ, ਮੈਂ ਇਸ ਲਈ ਪਹਿਲਾਂ ਬੋਲ ਰਿਹਾ ਕਿਉਂਕਿ ਮੈਂ ਹੁਣ ਜਾਣਾ ਫਰੀਦਕੋਟ ਔਰ ਹੁਣ ਹੋ ਗਏ 12 ਵਜਣ ਲੱਗੇ ਨੇ ਔਰ 3 ਵਜੇ ਟਾਈਮ ਸਮਾਪਤੀ ਹੋ ਜਾਂਦੀ ਹੈ, ਔਰ ਉੱਥੇ ਸਾਡੇ ਬਹੁਤ ਗਰੀਬ ਸਾਥੀ ਮੁਹੰਮਦ ਸਦੀਕ ਜੀ ਉਸ ਤੋਂ ਲੜ ਰਹੇ ਨੇ ਅਤੇ ਉਹ ਮੇਰੇ ਨਾਲ ਰਹੇ, MLA ਮੇਰੇ ਨਾਲ ਸਾਥੀ ਰਹੇ ਸਾਰੀ ਜ਼ਿੰਦਗੀ ਵਿੱਚ, ਜਦ ਤੋਂ ਸਿਆਸੀ ਜ਼ਿੰਦਗੀ 'ਚ ਉਹਨਾਂ ਨੇ ਇਸ ਆਪਣਾ ਕਦਮ ਚੁੱਕਿਆ ਹੈ ਕਦੇ ਇੱਕ ਚੀਜ਼ ਮੈਨੂੰ ਨਹੀਂ ਮੰਗੀ, ਕਦੇ ਕੁਛ ਨਹੀਂ ਕਿਹਾ ਮੇਰਾ,
ਰਹਿੰਦੇ ਕੈਸੇ ਨੇ? ਸਿਰਫ ਆਪਣਾ ਗਾਣਾ ਗਾ ਕੇ ਕਵਿਤਾ ਵਗੈਰਾ ਪੜ੍ਹ ਕੇ ਜੋ ਲੋਕ ਦਿੰਦੇ ਨੇ ਉਸੇ ਆਪਾਂ ਗੁਜ਼ਾਰਾ ਕਰਦੇ ਹਾਂ। ਗਰੀਬ ਸਾਡਾ ਕੈਂਡੀਡੇਟ, ਅਸੂਲ ਵਾਲਾ ਬੰਦਾ, ਔਰ ਉਸ ਵਾਸਤੇ ਮੈਂ ਜਾਣਾ ਜ਼ਰੂਰੀ। ਮੈਂ ਉਹਨੂੰ ਕਿਹਾ ਸੀ ਚਾਹੇ ਕੁਛ ਹੋ ਜਾਵੇ ਥੋੜ੍ਹੇ ਮੈਂ ਜ਼ਰੂਰ ਪਹੁੰਚੂੰਗਾ, ਔਰ ਤੁਹਾਡੇ ਨਾਲ ਤੁਹਾਡੇ ਕਾਲ ਕਰਵਾਊਂਗਾ ਤੁਹਾਡੇ ਨਾਲ। ਅਤੇ ਮੈਂ ਜਾ ਰਿਹਾ ਲੇਕਿਨ ਇਹ ਸ਼ੁਰੂ ਇਹ ਖਤਮ ਨਹੀਂ ਹੋ ਰਿਹਾ ਕੰਮ ਇੱਥੇ ਇੱਥੇ ਤਾਂ ਮੈਨੂੰ ਆਉਣਾ ਪਊ। ਇੱਕ ਤਾਂ ਤੁਹਾਡਾ ਭਗਵੰਤ ਮਾਨ ਵੀ ਖੜ੍ਹਾ, ਉਹ ਹਟਦਾ ਹੀ ਨਹੀਂ, ਕਦੇ ਖੜ੍ਹਾ ਹੀ ਰਹਿੰਦਾ। ਉਹਨੂੰ ਕਦੇ ਤਾਂ ਸੋਚ ਰਿਹਾ ਕਰਕੇ ਉਹ ਲੋਕ ਦੇਖੋ ਦੁਖੀ ਹੋ ਗਏ, ਉਹੀ ਚੁਟਕਲੀਆਂ ਉਹੀ ਸਭ ਕੁਛ। ਅੱਜ ਵੀ ਮੈਨੂੰ ਕੋਈ ਦੱਸ ਰਿਹਾ ਸੀ ਕਿ ਜੇ ਜਾਂਦਾ ਉਹੀ ਚੁਟਕਲੀਆਂ ਸੁਣਾਉਂਦਾ ਜਿਹੜੀਆਂ ਪਿਛਲੇ ਵਾਰ ਸੁਣਾਈਆਂ ਸੀ। ਹੁਣ ਗੱਲ ਇਹ ਹੈ ਕਿ ਚੁਟਕਲੀਆਂ ਨਾਲ ਤੁਸੀਂ ਸਰਕਾਰ ਚਲਾਓਗੇ, ਪਾਰਟੀਆਂ ਚਲਾਓਗੇ, ਲੋਕ ਕਿਉਂ ਖੜ ਰਹੇ ਨੇ ਆਮ ਆਦਮੀ ਨੂੰ ਇਸੇ ਕਰਕੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਦਿੱਲੀ ਦਿੱਲੀ ਵਾਲਾ ਇੱਕ ਹੈ ਉਹ ਆਪਣੇ ਕੰਮਾਂ 'ਚ ਲੱਗਿਆ ਰਹਿੰਦਾ। ਇੱਥੇ ਇਹਨੂੰ ਬਣਾਤਾ ਮੁਖੀ, ਇਹਨੂੰ ਕਹਿੰਦਾ ਸੁਖਬੀਰ ਆਪਣਾ ਖੇੜਾ ਕਿ ਮੈਂ ਇਹਨੂੰ ਮੰਨਦਾ ਹੈ ਨਹੀਂ, ਉਹ ਅਲੱਗ ਹੋ ਗਿਆ। ਹੁਣ ਹੋਰ ਅਲੱਗ ਹੋ ਰਹੇ ਨੇ, ਪਤਾ ਨਹੀਂ ਕਿੰਨੇ ਬਣ ਜਾਣੇ ਨੇ ਆਮ ਆਦਮੀ। ਇੱਥੇ ਤਿੰਨ ਬਣ ਗਿਆ, ਇਹ ਤਾਂ ਬੜੀ ਘੱਟ ਰਹੇ, ਸੱਤ ਅੱਠ ਤਾਂ ਕਰਾਓ। ਅਕਾਲੀ ਦਲ ਔਰ ਇਹ ਭਗਵੰਤ ਮਾਨ ਦੀ ਟੋਲੀ ਬਾਰੇ ਮੈਂ ਆਉਂਦਾ ਜ਼ਰੂਰ। ਇਹਨਾਂ ਦਾ ਨਹੀਂ ਕੋਈ ਖੜੇ ਖੇੜੇ ਦਾ ਖੜਾ ਕੋਈ ਜੱਸੀ ਜਸਰਾਜ ਨਹੀਂ, ਮੈਂ ਦੱਬ ਕੇ ਨਹੀਂ ਮਾਰਦਾ, ਮੈਂ ਤਾਂ ਪਿਆਰ ਨਾਲ ਬਣਾ ਰਿਹਾ। ਜਿਹਨਾਂ ਨੇ ਆਪ ਤੇ ਆਉਣਾ ਹੈ ਇੱਧਰ ਆ ਜਾਓ, ਤੁਹਾਡਾ ਘਰ ਹੈ, ਵੈਲਕਮ, ਅਸੀਂ ਵੈਲਕਮ ਕਰਦੇ ਹਾਂ ਤੁਹਾਨੂੰ। ਹੈਂਜੀ ਉਹ ਜੱਸੀ ਜਸਰਾਜ ਉਹਨਾਂ ਦੀਆਂ ਆਪਣੀਆਂ ਗੱਲਾਂ ਨੇ, ਉਹ ਆਪਣੇ ਆਪਣੀਆਂ ਗੱਲਾਂ ਕਰਨ, ਆਪਣੀ ਸਿਆਸਤ ਕਰਨ, ਉਹ ਕੋਈ ਗੱਲ ਨਹੀਂ ਹੈ। ਲੇਕਿਨ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਜੰਗ ਸ਼ੁਰੂ ਹੋਇਆ ਹਾਲੇ ਤਾਂ, ਹਾਲੇ ਤਾਂ ਬਹੁਤ ਦਿਨ ਪਏ ਨੇ। ਮੈਂ ਆਊਂਗਾ ਜਦੋਂ ਕੇਵਲ ਜੀ ਸੱਦਣਗੇ ਔਰ ਜਿੱਥੇ ਵੀ ਜਾਣਾ ਚਾਹੁੰਗੇ ਮੈਂ ਜਾਊਂਗਾ, ਕਿਉਂਕਿ ਮੇਰੀ ਡਿਊਟੀ ਹੈ ਕਿ ਮੈਂ ਹਰ ਪੰਜਾਬੀ ਕੋਲ ਪਹੁੰਚਾ, ਹਰ ਪੰਜਾਬੀ ਕੋਲ ਪਹੁੰਚਾ ਔਰ ਆਪਣੀ ਜਿਹੜੀਆਂ ਗੱਲਾਂ ਨੇ ਦਿੱਲੀਆਂ ਤੁਹਾਡੇ ਨਾਲ ਮੈਂ ਕਰਾਂ, ਕਿਉਂਕਿ ਇਹ ਤੁਹਾਡਾ ਪੰਜਾਬ ਹੈ, ਮੇਰਾ ਪੰਜਾਬ ਹੈ, ਸਾਡਾ ਪੰਜਾਬ ਹੈ। ਇਸ ਪੰਜਾਬ ਨੂੰ ਹੀ ਆਪਾਂ ਨੇ ਅੱਗੇ ਲੈ ਕੇ ਜਾਣਾ ਹੈ, ਇਸ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ। ਔਰ ਇਸ ਕਰਕੇ ਅਸੀਂ ਆਵਾਂਗੇ ਜਿੱਥੇ ਤੁਸੀਂ ਸਮਝੋਗੇ ਅਸੀਂ ਆਵਾਂਗੇ। ਬੀਬੀ ਜੀ ਨੇ ਕਿਹਾ ਸੀ ਮਿਸਟਰ ਪਟੇਲ ਨੇ ਕਿ ਇੱਥੇ ਮੌਸਮ ਖਰਾਬ ਹੋਣ ਕਰਕੇ ਮੈਂ ਨਹੀਂ ਆਇਆ ਉਰੇ ਹੈਲੀਕਾਪਟਰ ਦੇ ਵਿੱਚ। ਹੈਲੀਕਾਪਟਰ ਦੇ ਤਾਂ ਇੰਨਾ ਹੀ ਫਾਇਦਾ ਹੁੰਦਾ ਕਿ ਤੁਹਾਨੂੰ ਜਲਦੀ ਪਤਾਗ ਨੂੰ ਪਹੁੰਚਾ ਦਿੰਦਾ ਕਿਤੇ। ਲੇਕਿਨ ਗੱਲ ਅਸਲੀ ਇਹ ਹੈ, ਮੈਂ ਤੁਹਾਨੂੰ ਦੱਸਾਂ ਕਿ ਸਾਡੇ ਹੈਲੀਕਾਪਟਰ ਲਿੱਤੇ ਨੂੰ ਹੋ ਗਿਆ ਹਫ਼ਤਾ ਕਿਰਾਏ 'ਤੇ, ਕਿਰਾਏ 'ਤੇ ਸਾਡੀ ਪਾਰਟੀ ਨੇ ਲਿੱਤਾ ਹੈ ਕਿ ਪਾਰਟੀ ਦੇ ਸਾਰੇ ਕਿਤੇ ਘੁੰਮ ਸਕਣ ਇੱਥੇ ਲੋਕ ਜਿਹੜੇ ਨਾਲ ਜਾਣਾ ਚਾਹੁੰਦੇ ਨੇ। ਲੇਕਿਨ ਹਫ਼ਤੇ ਤੋਂ ਆਇਆ ਨਹੀਂ, ਕਿਉਂ ਨਹੀਂ ਆਇਆ? ਕਿਉਂਕਿ ਇਹ ਉਹ ਕੰਮ ਕਰ ਰਿਹਾ ਸੀ ਉਦੈਪੁਰ, ਔਰ ਉਦੈਪੁਰ ਦੇ ਬੀਜੇਪੀ ਨੂੰ ਪਤਾ ਲੱਗ ਗਿਆ ਕਿ ਇਹ ਮੁੱਖ ਮੰਤਰੀ ਪੰਜਾਬ ਵਾਸਤੇ ਜਾ ਰਿਹਾ, ਉਹਨਾਂ ਨੂੰ ਉੱਥੇ ਦੱਬ ਲਿਆ ਉੱਥੇ ਹੈਲੀਕਾਪਟਰ, ਔਰ ਸੋਚਦੇ ਨੇ ਕਿ ਅਮਰਿੰਦਰ ਸਿੰਘ ਨੂੰ ਗੱਡੀਆਂ 'ਚ ਘੁੰਮਣ ਦਿਓ। ਅਤੇ ਇਹ ਮੈਂ ਉਹ ਉਦੈਪੁਰ ਵਾਲੇ ਪਤਾ ਨਹੀਂ ਕੌਣ ਸੀ ਉੱਥੇ ਜਿਹੜੇ ਦੱਬਣ ਆ ਰਹੇ, ਪਰ ਉਹ ਦੱਬਣ ਆ ਰਹੇ ਨੇ। ਮੈਂ ਕਹਿਣਾ ਚਾਹੁੰਦਾ ਕਿ ਜਿੰਨੇ ਮਰਜ਼ੀ ਤੁਸੀਂ ਦੱਬ ਲਓ, ਅਮਰਿੰਦਰ ਸਿੰਘ ਪੰਜਾਬ ਦੇ ਕੂੰਜੇ ਕੂੰਜੇ 'ਚ ਪਹੁੰਚੂਗਾ ਔਰ ਅਸੀਂ ਲੜਾਂਗੇ ਇਹ ਜੰਗ। ਹੈਲੀਕਾਪਟਰ ਹੈਲੀਕਾਪਟਰ ਦੀ ਸਾਨੂੰ ਕੋਈ ਲੋੜ ਨਹੀਂ, ਮੈਨੂੰ ਥੋੜ੍ਹੀ ਲੋੜ ਹੈ, ਲੋਕਾਂ ਦੀ ਲੋੜ ਹੈ, ਲੋਕਾਂ ਦੇ ਪਿਆਰ ਦੀ ਲੋੜ ਹੈ, ਉਹ ਅਸੀਂ ਮਿਲ ਰਹੇ ਹਾਂ ਸਾਨੂੰ। ਤਕੜੇ ਹੋ ਮੇਰੇ ਵੀਰ ਔਰ ਭੈਣੋ, ਔਰ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਇਹ ਜੰਗ ਦੇ ਫਤਿਹ ਕਰੀਏ, ਪੰਜਾਬ ਨੂੰ ਫਤਿਹ ਕਰੀਏ ਔਰ ਆਪਣੇ ਦੇਸ਼ ਨੂੰ ਫਤਿਹ ਕਰੀਏ ਔਰ ਇੱਕ ਨਵੀਂ ਹਕੂਮਤ ਬਣਾਈਏ ਇੱਥੇ ਜਿਹੜਾ ਲੋਕਾਂ ਦਾ ਕੋਈ ਭਵਿੱਖ ਬਣਾ ਸਕੇ। ਬਹੁਤ ਸ਼ੁਕਰੀਆ, ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।